ये घोड़े कोई आम घोड़े नहीं है, ये घोड़े तख्त श्री हजूर साहब तो लियांदे गए ने ट्रेनिंग दे वास्ते। इतों इन्हों नू ट्रेन करके दोबारा तख्त श्री हजूर साहब विखे ले जाया जाएगा। तो दिवाली के उत्ते जो नगर कीर्तन जो महला निकलता है उसका यह घोड़े शिंगार बनेंगे। सब तो पहला गुरुजन सिंह राजन पातशाह का घोड़ा, ये घोड़ा यानी कि पातशाह की सवारी लिए असी रखा होया आ। इसते सोने की काठी पेगी एक टाइम पर, तो पातशाह जो हजूर साहब से नगर कीर्तन निकलता है तो उन्हां दी सवारी ली यह घोड़ा। दूसरे नंबर पर सरदार साहब नीला, ये भी पातशाह जी का, बिल्कुल यह भी पातशाह जी का घोड़ा है जी, उन्हां लई सेम। सरताज सिंह, ये भाई दया सिंह जी का घोड़ा, दिलवा सिंह नाम रखिया, और ये भाई धर्म सिंह जी का घोड़ा। अपा आम कई बार नचते घोड़ियां देखते हैं पर असली दिमाग पिछे असली बंदा उही हुंदा जिहड़ा परदे दे पिछे काम करता है। जानवर जिथे मर्जी ला लो, तुसीं जिहड़े काम च कहो उस काम च लग जांदे ने। अच्छा, प्यार मुहब्बत नाल जो मर्जी बना लो। अच्छा, हाँ बनता प्यार नाल, मार कुट के नहीं बनता। कितना टाइम लगता घोड़े नूं ट्रेन करन दे विच? सही जिहड़ा कहिंदा मतलब टाइम हुंदा जी, जानवर नूं जे पूरा ही कहिंदा मतलब कोर्स करन आवे 3 महीने लग जांदे ने। ਆਪਾਂ ਇੱਕ ਤਸਵੀਰ ਬੜੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਦੇਖੀ ਆ ਵੀ ਘੋੜਾ ਮੱਥਾ ਟੇਕਣ ਦਿਆ। ਕਈ ਲੋਕ ਕਹਿੰਦੇ ਨੇ ਵੀ ਐਡਿਟ ਕਰਕੇ ਬਣਾਈ ਹੈ, ਕੋਈ ਕਹਿੰਦਾ ਵੀ ਕੰਪਿਊਟਰ ਤੋਂ ਇੱਦਾਂ ਚੱਕੀ ਚਕਾਈ ਹੈ, ਕਿਸੇ ਤਰੀਕੇ ਦੇ ਨਾਲ ਨਕਲੀ ਹੈ। ਮੈਂ ਚਾਹੂੰਗਾ ਅੱਜ ਦਿਖਾ ਸਕਦੇ ਹੋ ਘੋੜਾ ਮੱਥਾ ਟਿਕਾਉਂਦਾ? ਚਿਣ ਤੋਂ ਇਲਾਵਾ ਹੋਰ ਵੀ ਚੀਜ਼ਾਂ ਸਿਖਾਈਆਂ ਜਾ ਸਕਦੀਆਂ? ਜੋ ਮਰਜ਼ੀ ਬਣਾ ਲਓ ਜੀ। ਕੀ ਕੀ ਚੀਜ਼ਾਂ ਸਿੱਖਦਾ ਹੈ? ਕਹਿੰਦਾ ਮਤਲਬ ਤੁਹਾਨੂੰ ਵੀ ਮੰਜੇ 'ਤੇ ਚੜ੍ਹਨਾ, ਟੇਬਲ 'ਤੇ ਚੜ੍ਹਨਾ, ਇਹ ਵੀ ਸਿੱਖ ਲੈਂਦਾ ਆ। ਮੱਥਾ ਟੇਕਣਾ ਥੱਲੋਂ, ਕਹਿੰਦਾ ਮਤਲਬ ਸੋਟੀ ਸਾਟੀ ਫੜਾਉਣੀ, ਥੱਲੋਂ ਰੁਮਾਲ ਚੱਕਣਾ ਜਾਂ ਥੱਲੋਂ ਹਾਰ ਚੱਕ ਕੇ ਬੰਦੇ ਦੇ ਗਲੇ 'ਚ ਪਾਉਣਾ। ਵੀ ਆਪਾਂ ਇੱਕ ਕੋਈ ਕਿਸੇ ਜਾਨਵਰ ਨੂੰ ਸਿਖਾਉਂਦੇ ਆਪਾਂ ਦੇਖੀਏ ਟ੍ਰੇਨਰ, ਉਹ ਕੁਛ ਕਰਕੇ ਦੱਸਦੇ ਆ ਤਾਂ ਉਹਦੇ ਮੂੰਹ 'ਚ ਕੁਛ ਪਾ ਦਿੰਦੇ ਆ। ਬੱਚੇ ਨੂੰ ਵੀ ਕਹਿ ਲਈਏ ਵੀ ਤੂੰ ਆਹ ਕੰਮ ਕਰ, ਤੈਨੂੰ ਆਹ ਚੀਜ਼ ਖਵਾਵਾਂਗੇ, ਇਹਦੇ ਵਿੱਚ ਵੀ ਇੱਦਾਂ ਹੁੰਦਾ? ਕਹਿੰਦਾ ਮਤਲਬ ਖਵਾਉਣ ਵਾਲੇ ਖਵਾਉਂਦੇ ਵੀ ਨੇ, ਛਾਵਾ ਦਿੰਦੇ ਨੇ, ਖਵਾਉਣ ਵਾਲੇ ਖਾਂਦੇ ਨੇ, ਛਾਵਾ ਦਿੰਦੇ ਹੈਗੇ ਨੇ। ਪਰ ਕਹਿੰਦਾ ਮਤਲਬ ਆਪਾਂ ਤਾਂ ਕੰਮ ਜਦੋਂ ਲੈ ਲਿਆ ਨਾ, ਮਾਲਿਸ਼ ਮੁਲਿਸ਼ ਕਰਕੇ ਘੋੜੀ ਘੋੜੇ ਨੂੰ ਐਂ ਹੱਥ ਪੱਲਾ ਰਾਸ਼ਨ ਰੂਸ਼ਨ ਪਾ ਕੇ ਫਿਰ ਮਾੜਾ ਮੋਟਾ ਕੋਈ ਦੇ ਦੇਈਦਾ ਮਿੱਠਾ ਕਿ ਚੱਲ ਵੀ ਸ਼ਾਬਾਸ਼ ਤੇਰੀ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸੁਖਵਿੰਦਰ ਸਿੰਘ। ਢੋਲ ਦੀ ਥਾਪ ਦੇ ਉੱਤੇ ਇਨਸਾਨਾਂ ਨੂੰ ਤਾਂ ਨੱਚਦੇ ਤੁਸੀਂ ਬਹੁਤ ਦੇਖਿਆ ਹੋਊਗਾ, ਪਰ ਅੱਜ ਤੁਹਾਨੂੰ ਢੋਲ ਦੀ ਥਾਪ ਦੇ ਉੱਤੇ ਵੱਜ ਰਹੀ ਬੀਣ ਦੇ ਉੱਤੇ ਘੋੜੇ ਨੱਚਦੇ ਦਿਖਾਵਾਂਗੇ। ਇਹ ਘੋੜੇ ਕੋਈ ਆਮ ਘੋੜੇ ਨਹੀਂ ਹੈ, ਇਹ ਘੋੜੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਲਿਆਂਦੇ ਗਏ ਨੇ ਟ੍ਰੇਨਿੰਗ ਦੇ ਵਾਸਤੇ। ਇੱਥੋਂ ਇਹਨਾਂ ਨੂੰ ਟ੍ਰੇਨ ਕਰਕੇ ਦੁਬਾਰਾ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਲਿਜਾਇਆ ਜਾਵੇਗਾ। ਅਤੇ ਦਿਵਾਲੀ ਦੇ ਉੱਤੇ ਜੋ ਨਗਰ ਕੀਰਤਨ ਜੋ ਉੱਥੇ ਮਹੱਲਾ ਨਿਕਲਦਾ ਹੈ ਉਸਦਾ ਇਹ ਘੋੜੇ ਸ਼ਿੰਗਾਰ ਬਣਨਗੇ। ਤਾਂ ਟ੍ਰੇਨਰ ਤੁਸੀਂ ਦੇਖ ਰਹੇ ਹੋ, ਇਸ ਟ੍ਰੇਨਰ ਦੇ ਵੱਲੋਂ ਸਖ਼ਤ ਮਿਹਨਤ ਤੋਂ ਬਾਅਦ ਇਹਨਾਂ ਨੂੰ ਟ੍ਰੇਨ ਕੀਤਾ ਗਿਆ। ਸਭ ਤੋਂ ਪਹਿਲਾਂ ਤੁਸੀਂ ਘੋੜੇ ਦੀ ਨਾਚ, ਘੋੜੇ ਦਾ ਨੱਚਣਾ ਦੇਖ ਰਹੇ ਹੋ, ਕਿਵੇਂ ਢੋਲ ਦੀ ਥਾਪ ਦੇ ਹਿਸਾਬ ਦੇ ਨਾਲ ਉਸਦੇ ਪੈਰ ਥਿਰਕਦੇ ਨੇ, ਕਿਵੇਂ ਸਾਹਮਣੇ ਵੱਜ ਰਹੀ ਧੁੰਨ ਦੇ ਉੱਤੇ ਘੋੜਾ ਮਗਨ ਹੋ ਕੇ ਆਪਣਾ ਖੂਬਸੂਰਤ ਨਾਚ ਦਿਖਾ ਰਿਹਾ ਹੈ, ਕਿਵੇਂ ਇਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ, ਕਿੰਨਾ ਸਮਾਂ ਇਹਨਾਂ ਨੂੰ ਟ੍ਰੇਨ ਕਰਨ ਦੇ ਵਿੱਚ ਲੱਗਦਾ ਹੈ, ਕਿਸ ਤਰੀਕੇ ਦੀ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਜਾਂਦੀ ਹੈ, ਇਹ ਤਮਾਮ ਗੱਲਾਂ ਬਾਤਾਂ ਅੱਜ ਅਸੀਂ ਟ੍ਰੇਨਰ ਬਾਈ ਦੇ ਨਾਲ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਸ ਹੁਨਰ ਨੂੰ ਉਹਨਾਂ ਦੇ ਵੱਲੋਂ ਸਿੱਖਿਆ ਅਤੇ ਅੱਜ ਉਹਨਾਂ ਦਾ ਇਹ ਹੁਨਰ ਉਹਨਾਂ ਦੇ ਲਈ ਕਿਵੇਂ ਰੁਜ਼ਗਾਰ ਵੀ ਬਣਿਆ ਹੋਇਆ ਹੈ। ਤਾਂ ਬਾਈ ਟ੍ਰੇਨਰ ਸਾਡੇ ਨਾਲ ਹੈ, ਗੱਲਬਾਤ ਸ਼ੁਰੂ ਕਰਾਂਗੇ, ਵੀਰ ਜੀ ਵੀ ਸਾਡੇ ਨਾਲ ਨੇ, ਸਾਰਿਆਂ ਦੇ ਨਾਲ ਤਮਾਮ ਗੱਲਾਂ ਬਾਤਾਂ ਹੋਣਗੀਆਂ। ਬਾਈ ਜੀ ਪਹਿਲਾਂ ਤਾਂ ਬੜਾ ਦੇਖਣ ਦੇ ਵਿੱਚ ਹੀ ਬਹੁਤ ਮਜ਼ਾ ਆ ਰਿਹਾ ਹੈ, ਆਪਾਂ ਆਮ ਕਈ ਵਾਰ ਨੱਚਦੇ ਘੋੜਿਆਂ ਨੂੰ ਦੇਖਦੇ ਹਾਂ ਪਰ ਅਸਲੀ ਦਿਮਾਗ ਪਿੱਛੇ ਅਸਲੀ ਬੰਦਾ ਉਹੀ ਹੁੰਦਾ ਜਿਹੜਾ ਪਰਦੇ ਦੇ ਪਿੱਛੇ ਕੰਮ ਕਰਦਾ ਹੈ। ਕਿੰਨੀ ਦੇਰ ਤੋਂ ਇਸ ਕੰਮ ਦੇ ਵਿੱਚ ਤੁਸੀਂ? ਜਮਿਆਂ ਪਲਿਆਂ ਨਾਲ ਸੀ ਜੀ। ਘੋੜਿਆਂ ਦੇ ਵਿੱਚ ਹੀ ਘੋੜਿਆਂ ਨੂੰ ਟ੍ਰੇਨਿੰਗ ਦਿੰਦੇ ਹੋ? ਬਾਬਾ ਸਹੀ ਜੀ। ਕਿਸ ਤਰੀਕੇ ਦੀ ਟ੍ਰੇਨਿੰਗ ਹੁੰਦੀ ਹੈ ਘੋੜਿਆਂ ਦੀ?
जिहड़ी मर्जी काम कर लो जी, जानवर जिथे मर्जी ला लो तुसीं, जिहड़े काम च कहो उस काम च लग जांदे ने। अच्छा हाँ, प्यार मुहब्बत नाल जो मर्जी बना लो। अच्छा हाँ, बनता प्यार नाल, मार कुट के नहीं बनता। हाँ, यह घोड़ा मैनू कभी अज तक मार के भी नहीं देखा, अपने आप ही काम करता डोरिया नाल वधिया। हाँ, दो तीन काम करता वे, वधिया करता वे, जिन्ने भी करता काम कर लैंदा, लहरिया लूरिया धमाल धमूल वधिया कर लैंदा, जुट जुट वधिया कर लैंदा आ। ਕਿੰਨਾ ਕੁ ਟਾਈਮ ਲੱਗਦਾ ਘੋੜੇ ਨੂੰ ਟ੍ਰੇਨ ਕਰਨ ਦੇ ਵਿੱਚ? ਸਹੀ ਜਿਹੜਾ ਕਹਿੰਦਾ ਮਤਲਬ ਟਾਈਮ ਹੁੰਦਾ ਜੀ, ਜਾਨਵਰ ਨੂੰ ਜੇ ਪੂਰਾ ਹੀ ਕਹਿਣ ਦਾ ਮਤਲਬ ਕੋਰਸ ਕਰਨ ਆਵੇ 3 ਕੁ ਮਹੀਨੇ ਲੱਗ ਜਾਂਦੇ ਨੇ। ਸਹੀ, ਉੱਦਾਂ ਤਾਂ ਕਹਿਣ ਦਾ ਮਤਲਬ ਜਾਨਵਰ ਹੈਗਾ ਵੇ, ਜਾਨਵਰ ਨੂੰ ਤੂੰ ਭਾਵੇਂ ਜਿੰਨੇ ਸਾਲੋਂ ਸਾਲ ਲੱਗ ਜਾਂਦੇ, ਜੋ ਮਰਜ਼ੀ ਇਹਨਾਂ 'ਚ ਬਣਾਈ, ਜੋ ਜੇ ਇੱਕ ਹੱਥ ਵਿੱਚ ਰਵੇ ਤਾਂ ਜੋ ਮਰਜ਼ੀ ਬਣਾਇਓ, ਪਿਆਰ ਮੁਹੱਬਤ ਨਾਲ ਜੋ ਮਰਜ਼ੀ ਅੱਜ ਬਣਾ ਲਓ ਤੁਸੀਂ। ਕੀ ਕਰ ਲੈਂਦਾ? ਇੱਕ ਤਾਂ ਨੱਚਦਾ ਅਲੱਗ ਅਲੱਗ, ਜਿੱਦਾਂ ਢੋਲ ਦੀ ਥਾਪ ਬਦਲਦੀ ਹੈ ਨਾਲ ਇਹਦਾ ਸਟੈਪ? ਹਾਂ, ਸਟੈਪ ਬਦਲ ਜਾਂਦਾ ਜੀ, ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੰਮ ਕਰਨਾ ਇਹ। ਅੱਛਾ ਹਾਂ, ਕੁਛ ਕਹਿਣ ਦਾ ਮਤਲਬ ਜਾਨਵਰ ਨੂੰ ਘੋੜੇ ਨੂੰ ਇਸ਼ਾਰਾ ਦੇਣਾ ਪੈਂਦਾ ਵੀ ਇੱਥੇ ਕੰਮ ਕਰਨਾ ਤੂੰ। ਅੱਛਾ ਹਾਂ, ਉਹੀ ਗੁਰ ਬਜ਼ੁਰਗਾਂ ਤੋਂ ਸਿੱਖਿਆ ਤੁਸੀਂ, ਇਸ਼ਾਰਾ ਕਿਵੇਂ ਦੇਣਾ? ਇਸ਼ਾਰਾ ਬਸ ਡੋਰੀਆਂ ਨਾਲ ਇਸ਼ਾਰਾ ਦੇਈਦਾ ਜੀ। ਅੱਛਾ ਹਾਂ, ਬਾਕੀ ਸਾਡੇ ਖਾਨ ਸਾਹਿਬ ਹੈਗੇ ਨੇ ਉਸਤਾਦ ਸੀਕਰ ਦੇ ਹੈਗੇ ਨੇ ਰਾਜਸਥਾਨ ਦੇ। ਅੱਛਾ ਜੀ, ਉਹਨਾਂ ਕੋਲ ਵੀ ਬੜਾ ਗੁਣ ਲਿੱਤਾ ਆਪਾਂ। ਜਦੋਂ ਦਾ ਕਹਿਣ ਦਾ ਮਤਲਬ ਕਰੋਨਾ ਚਾਲੂ ਹੋਇਆ ਸੀ ਹਨਾ, ਤੇ ਇਹ ਸਕੂਲੋਂ ਹਟ ਗਿਆ ਸੀਗਾ, ਹੁਣ ਇਹਨੂੰ ਵੀ ਕਹਿਣ ਦਾ ਮਤਲਬ ਕਰੋਨੇ ਨੂੰ ਘੰਟ 2-4 ਸਾਲ ਤੇ ਹੋ ਹੀ ਗਏ ਨੇ, ਠੀਕ ਨੇ, ਉਦੋਂ ਦਾ ਇਹ ਵੀ ਮੇਰੇ ਨਾਲ ਹੀ ਹੈ, ਅਤੇ ਜਦੋਂ ਹੁਣ ਸਵੇਰੇ ਸਵੇਰੇ ਮੇਰੇ ਨਾਲ ਆ ਜਾਂਦਾ ਆ ਅਤੇ ਸ਼ਾਮ ਨੂੰ ਟਿਊਸ਼ਨ ਚਲੇ ਜਾਂਦਾ, ਇਹ ਵੀ ਹੁਣ 12ਵੀਂ ਤੱਕ ਮੈਨੂੰ ਕਰਵਾਵਾਂਗਾ। ਅੱਛਾ, ਪੜ੍ਹਦਾ ਵੀ ਹੈ ਨਾਲ, ਘੋੜਿਆਂ ਦਾ ਸ਼ੌਕ ਵੀ ਹੈ? ਹਾਂ ਹਾਂ ਹਾਂ। ਅੱਛਾ ਬਈ, ਆਪਾਂ ਦੇਖ ਰਹੇ ਸੀਗੇ, ਆਪਾਂ ਇੱਕ ਤਸਵੀਰ ਬੜੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਦੇਖੀ ਆ, ਵੀ ਘੋੜਾ ਮੱਥਾ ਟੇਕਣ ਦਿਆ। ਕਈ ਲੋਕ ਕਹਿੰਦੇ ਨੇ ਵੀ ਐਡਿਟ ਕਰਕੇ ਬਣਾਈ ਹੈ, ਕੋਈ ਕਹਿੰਦਾ ਵੀ ਕੰਪਿਊਟਰ ਤੋਂ ਇੱਦਾਂ ਚੱਕੀ ਚਕਾਈ ਹੈ, ਕਿਸੇ ਤਰੀਕੇ ਦੇ ਨਾਲ ਨਕਲੀ ਹੈ। ਮੈਂ ਚਾਹੂੰਗਾ ਅੱਜ ਦਿਖਾ ਸਕਦੇ ਹੋ ਘੋੜਾ ਮੱਥਾ ਟਿਕਾਉਂਦਾ? ਓਕੇ ਲਾਈਵ ਦਿਖਾਵਾਂਗੇ ਅੱਜ ਵੀ ਘੋੜਾ ਮੱਥਾ, ਕੋਈ ਮੱਥਾ ਕਿਵੇਂ ਟੇਕਦਾ। ਦੇਖੋ ਹਰ ਚੀਜ਼ ਦੀ ਟ੍ਰੇਨਿੰਗ, ਜਦੋਂ ਢੋਲ ਵੱਜਦਾ ਜਿਸ ਤਰੀਕੇ ਦਾ ਇਸ਼ਾਰਾ ਟ੍ਰੇਨਰ ਕਰਦਾ ਹੈ ਉਸੇ ਤਰੀਕੇ ਦੇ ਨਾਲ। ਅੱਛਾ, ਬੀਨ ਆਪਾਂ ਦੇਖਦੇ ਵੱਜੇ ਦੂਸਰੇ ਵੱਜਦੇ, ਇਹਦੇ ਵਾਸਤੇ ਸਪੈਸ਼ਲ ਹੁੰਦੇ? ਇਹ ਜਾਣ ਕੇ ਉੱਧਰ ਪਾਕਿਸਤਾਨ ਦੇ ਟੋਟਾ ਬੀਨ ਕਹਿੰਦੇ ਦਿੰਦ ਜੀ। ਅੱਛਾ ਜੀ, ਹਾਂ, ਇਹ ਤੁਸੀਂ ਮਰਜ਼ੀ ਵਜਾ ਕੇ ਦਿਖਾਇਓ ਜਰਾ, ਉੱਦਾਂ ਹੀ ਪੂਰੇ ਤੇਰਾ ਤਾਲ ਕੱਢੋ ਨਾ ਲਾਗੇ, ਬਿਲਕੁਲ ਨਾਲ ਦੀ ਨਾਲ ਢੋਲ ਵੀ ਤੁਹਾਨੂੰ ਦਿਖਾਵਾਂਗੇ। ਇਹ ਸਾਜ਼ ਵੀ ਵੱਖਰੇ ਨੇ ਔਰ ਵੱਖਰੇ ਤਰੀਕੇ ਨਾਲ ਵੱਜਦੇ ਨੇ, ਇਹ ਪਾਕਿਸਤਾਨੀ ਟੋਟਾ ਬੀਨ ਹੈ, ਤਾਂ ਵਜਾ ਕੇ ਇੱਕ ਵਾਰੀ ਜ਼ਰੂਰ ਸੁਣਾਇਆ। ਜਿਵੇਂ ਆਪਾਂ ਦੇਖਦੇ ਹਾਂ ਇਨਸਾਨ ਢੋਲ ਵੱਜਦਾ ਤਾਂ ਇਨਸਾਨ ਦੇ ਪੈਰ ਥਿਰਕਣ ਲੱਗ ਪੈਂਦੇ, ਮੈਂ ਦੇਖ ਰਿਹਾ ਸੀਗਾ ਜਿੱਦਾਂ ਹੀ ਢੋਲ ਵੱਜਿਆ ਇੱਧਰੋਂ ਨਾਲ ਹੀ ਇੱਧਰ ਪੈਰ ਥਿਰਕਣ ਲੱਗ ਪਏ ਸੀਗੇ, ਇੰਨਾ ਦਿਮਾਗ ਦੇ ਵਿੱਚ ਬਹਿ ਜਾਂਦੀ ਹੈ ਚੀਜ਼? ਵਾਹ, ਇਹ ਹੈ ਹੀ ਇੱਦਾਂ ਦਾ ਜੀ ਹੈ। ਹਾਂ, ਜਾਨਵਰ ਕਹਿਣ ਦਾ ਮਤਲਬ ਜਾਨਵਰ ਇਹੋ ਜਿਹੀ ਚੀਜ਼ ਹੈਗੀ ਹੈ ਕਿ ਪਸ਼ੂ ਪੰਛੀ ਕੋਈ ਵੀ ਹੈ ਜਿੱਥੇ ਮਰਜ਼ੀ ਤੁਸੀਂ ਲਾ ਸਕਦੇ ਹੋ। ਦਿਮਾਗ ਦੀ ਗੱਲ ਕਰਦੇ ਹਾਂ, ਹਰ ਚੀਜ਼ ਦਿਮਾਗ ਨਾਲ ਸਿੱਖੀ ਜਾਂਦੀ ਹੈ ਕਹਿੰਦੇ, ਦਿਮਾਗ ਨੂੰ ਪੜ੍ਹਨਾ ਪੈਂਦਾ ਹੋਊਗਾ ਇਹਦੇ ਨੂੰ ਕਿੱਥੇ ਕਿਸ ਤਰੀਕੇ ਦੇ ਨਾਲ। ਉਹਦੀ ਕਿਰਪਾ ਨਾਲ, ਅੱਲਾਹ ਤਾਲਾ ਦੀ ਕਿਰਪਾ ਨਾਲ ਜੋ ਕਰਦਾ ਉਹ ਕਰਦਾ ਜੀ, ਆਪਾਂ ਤਾਂ ਬਸ ਇਹਨਾਂ ਨੂੰ ਪੜ੍ਹਾਈਦਾ ਆ। ਹਾਂ, ਵੱਖਰੀ ਪੜ੍ਹਾਈ ਹੈ ਹਨਾ ਹਰ ਚੀਜ਼ ਦੀ। ਮੈਂ ਕਦੀ ਸਕੂਲ ਨਹੀਂ ਗਿਆ, ਅੱਜ ਤੱਕ ਨਹੀਂ ਕਦੀ ਸਕੂਲ ਗਿਆ, ਸਕੂਲ ਮੈਨੂੰ ਪਤਾ ਨਹੀਂ ਹੁੰਦਾ ਕੀ ਹੁੰਦਾ ਆ। ਹਾਂ, ਮੁੰਡੇ ਨੂੰ ਜ਼ਰੂਰ ਪੜ੍ਹਾਉਣਾ ਪਿਆ ਵਾਂ, ਪਰ ਮੈਂ ਨਹੀਂ ਕਦੀ ਸਕੂਲ ਗਿਆ। ਹਾਂ, ਆਪਾਂ ਕਹਿ ਰਹੇ ਸੀਗੇ ਵੀ ਮੱਥਾ ਟਿਕਾ ਕੇ ਦਿਖਾਉਣਾ, ਤਾਂ ਮੈਂ ਚਾਹੂੰਗਾ ਇੱਕ ਵਾਰੀ ਉਹ ਜ਼ਰੂਰ ਦਿਖਾਇਓ ਦਰਸ਼ਕਾਂ ਨੂੰ ਅੱਜ ਲਾਈਵ ਜਿਹੜੀਆਂ ਤੁਹਾਨੂੰ ਹਰ ਚੀਜ਼ ਦਿਖਾਵਾਂ। ਅੱਛਾ, ਕੋਈ ਗੱਲ ਨਹੀਂ, ਜੇ ਲੈਣ ਗਿਆ ਤਾਂ ਕੋਈ ਗੱਲ ਨਹੀਂ, ਆਪਾਂ ਗੱਲਾਂ ਬਾਤਾਂ ਕਰ ਲੈਂਦੇ। ਕਿੰਨੇ ਕੁ ਘੋੜੇ ਟ੍ਰੇਨ ਕਰ ਚੁੱਕੇ ਹੋ ਜੀ ਹੁਣ ਤੱਕ? ਪਤਾ ਹੀ ਨਹੀਂ ਜੀ। ਅੱਛਾ, ਹਾਂ, ਕੋਈ ਪਤਾ ਹੀ ਆਨੇਗਾ। ਅੱਛਾ, ਪੰਜਾਬ ਜਿੱਥੇ ਲੋੜ ਪੈਂਦੀ ਹੈ ਉੱਥੇ ਸਾਨੂੰ ਲੋੜ ਪੈਂਦੀ ਹੈ ਜੀ, ਪਰ ਆਪਾਂ ਇਹ ਮਾਣ ਨਹੀਂ ਕਰੀਦਾ, ਸਾਡੀ ਰੋਜ਼ੀ ਰੋਟੀ ਹੈ, ਜਿਹੋ ਜਿਹਾ ਮਰਜ਼ੀ ਘੋੜੀ ਘੋੜਾ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ, ਉਹਨੂੰ ਇੱਕ ਵਾਰੀ ਇਹੋ ਜਿਹਾ ਗੁਣ ਦੇ ਦੇਣਾ ਕਿ ਸਾਰੀ ਉਮਰ ਵਾਸਤੇ ਯਾਦ ਰੱਖੂਗਾ ਵੀ ਕੋਈ ਬੰਦਾ ਟੱਕਰਿਆ ਸੀਗਾ। ਅੱਛਾ, ਹਾਂ,
नचण तो अलावा होर भी चीज़ा सिखाई जा सकती हैं? जो मर्जी पढ़ा लो जी। की चीज़ा सीखता है? कहना मतलब तुम मंजे ते चढ़ना, टेबल ते चढ़ना, ये भी सीख लैंदा जा। मत्था टेकना थलों, कहना मतलब सोटी साटी फड़ानी, अच्छा, थलों रुमाल चकना जा, थलों हार चक के बंदे दे गले च पाना। हाँ, देखो ये इधर घट है, गुजरात गजरूत चल रही है, कई राजस्थान एरिए च, एम पी उधर ये काम चलता ज्यादा। अच्छा, उधर भी जाने हो ट्रेनिंग देने वास्ते? जाईदा जी आपां। अच्छा, अच्छा, इतों तक भी है भी थल्लों चक के हार भी बंदे दे गल च पा दो? पा दंदे ने जी, पा दंदे, करने पे। हाँ, बनाई जाओ जिन्ना के कहन का मतलब तुम बनाई जाओगे बनाई जाओगे, इन्होंने तो कम कर ही जाना है। अच्छा, सालों साल लग जाता इन्होंने बनाते बनाते। जानवर की उम्र होंगी है भी किस उम्र तक उन्होंने सिखाया जा सकता? जेड़ा तो कहन का मतलब घोड़ी घोड़ा हों जी ये बच्चा आ, घट तो घट कई नचार न साल साल का चालू कर देंगे ने। अच्छा, साल साल का, पर आप नहीं साल साल का करिए, आप कर दो साल का घट तो आए, डेढ़ साल का हो, दो साल का होनू फड़ी दा वधिया, क्योंकि जे आप घट तो घट साल छे महीने के बच्चे फटते हैं ना, कई बंदे सात सात अठ अठ साल साल का नचाणा चालू कर देंगे ने, वो गल गलत आ। आप कहने भी घट तो घट भी दो साल ढाई साल तीन साल इतों फड़ना चाहिए वे, जे आप जो फिर आ जड़िया चीज़ा ने इन्हों अंग पैर ये रह जाते हैं। अच्छा, फिर इन्हों इंजरिया हो जाए, सट पेट लग सकती है, नुकसान हो जाता? सट पेट तो नहीं लगती, पर कहने का मतलब मुठ्ठे बैठने चालू हो जाते हैं। ਜਿਵੇਂ ਪੈਰ ਤਾਂ ਪੈਰ ਥਿਰਕਣਾ ਉਹਦਾ ਜ਼ੋਰ ਲੱਗਦਾ, ਮੈਂ ਦੇਖ ਰਿਹਾ ਸੀਗਾ ਵੀ ਜਦੋਂ ਇਹ ਨੱਚ ਰਿਹਾ ਸੀਗਾ ਪੂਰੀਆਂ ਇਹਦੀਆਂ ਨਾੜਾਂ ਫੁੱਲ ਗਈਆਂ, ਇੱਕ ਤਾਂ ਪਤਾ ਲੱਗ ਰਿਹਾ ਸੀ ਵੀ ਜ਼ੋਰ ਲੱਗ ਰਿਹਾ। ਹਾਂ, ਜ਼ੋਰ ਲੱਗਦਾ ਆ ਜਾਨਵਰ ਦਾ, ਬੀਣ ਤੇ ਢੋਲ ਦੀ ਥਾਪ ਪੂਰੀ ਸਮਝਦਾ? ਪੂਰੀ ਪੂਰੀ ਜੀ ਪੂਰੀ। ਅੱਛਾ, ਇੱਕ ਜਾਨਵਰ ਤੋਂ ਦੂਜੇ ਜਾਨਵਰ ਦੇ ਦਿਮਾਗ ਦਾ ਫਰਕ ਮਹਿਸੂਸ ਹੁੰਦਾ ਤੁਹਾਨੂੰ ਵੀ ਜੋ ਸਿਖਾਉਂਦੇ ਆ ਚੀਜ਼? ਬਹੁਤ ਜੀ। ਕਿਸ ਤਰੀਕੇ ਦਾ? ਕੋਈ ਹਰ ਇੱਕ ਦਾ ਦਿਮਾਗ ਇੱਕੋ ਜਿਹਾ ਨਹੀਂ ਹੁੰਦਾ ਜੀ। ਹੁਣ ਆਪਾਂ ਸਕੂਲ ਦੇ ਵਿੱਚ ਬੱਚਾ ਪੜ੍ਹਾਉਂਦੇ ਹਾਂ, ਟੀਚਰਾਂ ਟਾਚਰਾਂ ਜਾਂ ਮਾਸਟਰ ਕੋਈ ਕਹਿਣ ਦਾ ਮਤਲਬ ਪੜ੍ਹਾਉਂਦਾ, ਹਰ ਇੱਕ ਦਾ ਦਿਮਾਗ ਇੱਕੋ ਜਿਹਾ ਥੋੜ੍ਹਾ ਜੀ, ਕਿਸੇ ਨੇ ਕੀ ਲਿਖ ਦੇਣਾ, ਕਿਸੇ ਨੇ ਕੀ ਲਿਖ ਦੇਣਾ, ਜੋ ਆਪਣੀ ਆਪਣੀ ਦਿਮਾਗ ਦੀ ਗੱਲ ਆ। ਅਤੇ ਜਾਨਵਰ ਦੇ ਪਸ਼ੂ ਆ, ਪਸ਼ੂ ਦਾ ਵੀ ਅਲੱਗ ਤਰ੍ਹਾਂ ਦਾ ਦਿਮਾਗ ਹੁੰਦਾ ਆ। ਇਹ ਫਿਰ ਉਹਦੇ ਉਹਦੇ ਹਿਸਾਬ ਨਾਲ ਹੀ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਕਿਸੇ 'ਤੇ ਵੱਧ ਸਮਾਂ ਵੀ ਲੱਗ ਸਕਦਾ, ਕਿਸੇ ਨੂੰ ਘੱਟ ਸਮੇਂ 'ਚ ਵੀ ਟ੍ਰੇਨਿੰਗ? ਹਾਂ, ਜੇ ਕਈ ਜਾਨਵਰ ਇੱਦਾਂ ਹੁੰਦੇ ਨੇ ਪਹਿਲੇ ਦਿਨ ਇੰਨਾ ਕੰਮ ਕਰਦੇ ਨੇ ਇੱਕ ਇੰਚੀ ਦਿਨਾਂ, ਅਤੇ ਦੂਜੇ ਦਿਨ ਕਹਿਣ ਦਾ ਮਤਲਬ ਇੰਨਾ ਵੀ ਨਹੀਂ ਕਰਦੇ ਹੈਗੇ। ਹਾਂ, ਜਾਨਵਰ ਨੂੰ ਹੌਲੇ 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 ਲਾਉਣਾ ਪੈਂਦਾ ਆ ਪਿਆਰ। ਕਿਵੇਂ ਕੀ ਤਰੀਕਾ ਢੰਗ ਹੁੰਦਾ ਹੈ? ਤੁਸੀਂ ਕਹਿੰਦੇ ਹੋ ਪਿਆਰ ਦੇ ਨਾਲ ਸਿਖਾਇਆ ਜਾਂਦਾ, ਆਪਾਂ ਅਕਸਰ ਅਕਸਰ ਦੇਖਦੇ ਹਾਂ ਜਦੋਂ ਕੋਈ ਬੰਦਾ, ਹਾਂ, ਕਈਆਂ ਨੂੰ ਥੋੜ੍ਹਾ ਬਹੁਤਾ ਡੰਡਾ ਫੇਰਨਾ ਪੈਂਦਾ ਵੇ, ਇੱਦਾਂ ਦੀ ਗੱਲ ਨਹੀਂ ਗੀ। ਹਾਂ, ਜਿਹੜਾ ਕੋਈ ਨਹੀਂ ਮੰਨਦਾ ਥੋੜ੍ਹਾ ਬਹੁਤਾ ਡੰਡਾ ਫੇਰਨਾ ਪੈਂਦਾ ਆ। ਮੈਂ ਦੂਸਰਾ ਸਵਾਲ ਮੈਂ ਕਰਨਾ ਸੀਗਾ ਵੀ ਆਪਾਂ ਇੱਕ ਕੋਈ ਕਿਸੇ ਜਾਨਵਰ ਨੂੰ ਸਿਖਾਉਂਦੇ, ਆਪਾਂ ਦੇਖੀਏ ਟ੍ਰੇਨਰ ਉਹ ਕੁਛ ਕਰਕੇ ਦੱਸਦੇ ਆ ਤਾਂ ਉਹਦੇ ਮੂੰਹ 'ਚ ਕੁਛ ਪਾ ਦਿੰਦੇ ਆ, ਬੱਚੇ ਨੂੰ ਵੀ ਕਹਿ ਲਈਏ ਵੀ ਤੂੰ ਆਹ ਕੰਮ ਕਰ, ਤੈਨੂੰ ਆਹ ਚੀਜ਼ ਖਵਾਵਾਂਗੇ, ਇਹਦੇ ਵਿੱਚ ਵੀ ਇੱਦਾਂ ਹੁੰਦਾ ਕੁਛ? ਕਹਿਣ ਦਾ ਮਤਲਬ ਖਵਾਉਣ ਵਾਲੇ ਖਵਾਉਂਦੇ ਵੀ ਨੇ, ਛਾਵਾ ਦਿੰਦੇ ਨੇ, ਖਵਾਉਣ ਵਾਲੇ ਖਾਂਦੇ ਨੇ, ਛਾਵਾ ਦਿੰਦੇ ਹੈਗੇ ਨੇ, ਪਰ ਕਹਿਣ ਦਾ ਮਤਲਬ ਆਪਾਂ ਤਾਂ ਕੰਮ ਜਦੋਂ ਲੈ ਲਿਆ ਨਾ, ਮਾਲਿਸ਼ ਮੁਲਿਸ਼ ਕਰਕੇ ਘੋੜੀ ਘੋੜੇ ਨੂੰ ਐਂ ਹੱਥ ਪੱਲਾ ਰਾਸ਼ਨ ਰੂਸ਼ਨ ਪਾ ਕੇ ਫਿਰ ਮਾੜਾ ਮੋਟਾ ਕੋਈ ਦੇ ਦੇਈਦਾ ਮਿੱਠਾ ਵੀ ਚੱਲ ਵੀ ਸ਼ਾਬਾਸ਼ ਤੇਰੀ ਹੈ, ਸਮਝ ਜਾਂਦਾ ਫਿਰ ਜਾਨਵਰ? ਹਾਂ ਵੀ ਮੈਨੂੰ ਸ਼ਾਬਾਸ਼ ਮਿਲੀ ਆ ਵੀ ਮੈਂ ਕੰਮ ਕੀਤਾ ਹੈਗਾ, ਮੈਨੂੰ ਸ਼ਾਬਾਸ਼ ਮਿਲੀ ਹੈ। ਆਪਣਾ ਵੀ ਫਿਰ ਦਿਲ ਖੁਸ਼ ਹੁੰਦਾ ਜਦੋਂ ਆਪ ਟ੍ਰੇਨਡ ਕੀਤਾ ਫਿਰ ਨੱਚਦਾ, ਜਦੋਂ ਲੋਕ ਮੇਲਿਆਂ ਦਾ ਸ਼ਿੰਗਾਰ ਬਣਦਾ? ਬੀੜੀ ਮੈਂ ਨਹੀਂ ਪੀਂਦਾ, ਸਿਗਰਟ ਮੈਂ ਨਹੀਂ ਪੀਂਦਾ, ਤੰਬਾਕੂ ਚੂਨਾ ਕੋਈ ਨਸ਼ਾ ਨੁਸ਼ਾ ਨਹੀਂ ਮੈਂ ਕਰਦਾ, ਸ਼ਰਾਬ ਸ਼ੁਰੂ, ਮੀਟ ਆਂਡਾ ਤੱਕ ਵੀ ਨਹੀਂ ਖਾਂਦਾ ਮੈਂ, ਬਿਲਕੁਲ ਨਹੀਂ ਖਾਂਦਾ। ਦੇਖਣ ਵਾਲਾ ਮੈਨੂੰ ਜ਼ਰੂਰ ਕਹੂਗਾ ਵੀ ਇਹ ਕੋਈ ਡੋਡੇ ਡਾਡੇ ਖਾਂਦਾ ਹੋਊਗਾ, ਕਹਿੰਦਾ ਦੇਖਣ ਵਾਲਾ ਤਾਂ ਕਹਿੰਦਾ ਹੀ ਹੋਊਗਾ, ਪਰ ਆਪਾਂ ਖਾਈ ਪੀਦਾ ਕੁਛ ਨਹੀਂ। ਮੈਨੂੰ ਸ਼ੁਰੂ ਤੋਂ ਬਸ ਆਹ ਨਸ਼ਾ ਆਇਆ। ਘੋੜੇ ਇਸੇ ਤਰੀਕੇ ਨਾਲ? ਬਸ ਘੋੜੇ ਹੋਣ, ਕੁੱਤੇ ਕਾਤੇ ਹੋਣ, ਜਾਨਵਰ ਜੂਨਵਰ ਹੋਣ, ਬਸ ਭੇੜ। ਫਿਰ ਬੰਦਾ ਜਦੋਂ ਬੰਦਾ ਇੰਨਾ ਰਚ ਮਿਚ ਜਾਂਦਾ ਫਿਰ ਤਾਂ ਬੰਦਾ ਗੱਲਾਂ ਕਰਦਾ ਵੀ, ਭਾਵੇਂ ਬੋਲ ਨਹੀਂ ਸਕਦੇ ਜਾਨਵਰ ਪਰ ਬੰਦਾ ਗੱਲਾਂ ਕਰਦਾ। ਮੈਂ ਆਪਣੇ ਰਿਸ਼ਤੇਦਾਰਾਂ ਦੇ ਵੀ ਜਾਣਾ ਨਾ, ਅਤੇ ਮੈਂ ਕਦੀ ਬੋਲਿਆ ਨੀਗਾ, ਮੇਰੇ ਕੋਲ ਜਾਨਵਰਾਂ ਦਾ ਜੋ ਮਰਜ਼ੀ ਪੁੱਛੀ ਜਾਓ। ਅੱਛਾ, ਹਾਂ, ਜਾਨਵਰਾਂ ਬਾਰੇ ਜੋ ਮਰਜ਼ੀ ਪੁੱਛੀ ਜਾਓ ਮੈਨੂੰ, ਬਾਕੀ ਹੋਰ ਨਹੀਂ ਕੋਈ ਵੀ ਚੱਕਾ। ਕਿਹੜੀ ਨਸਲ ਦੇ ਨੇ? ਮੈਂ ਕਹਿੰਦਾ ਵੀ ਮੇਰੇ ਕੋਲ ਘੋੜੀ ਘੋੜਾ ਹੋਵੇ, ਜਿੱਦਾਂ ਵੀ ਕਿ ਇੱਕ ਪਾਸੇ ਮੇਰਾ ਮੰਜਾ ਹੋਵੇ ਅਤੇ ਇੱਕ ਪਾਸੇ ਦਾ ਘੋੜਾ ਹੋਵੇ, ਬਸ ਮੈਂ ਉਹਦੇ ਨਾਲ ਹੀ ਗੱਲਾਂ ਕਰਾਂ, ਉਹ ਵਾ ਮੌਜ ਆਪਣਾ ਮੌਜ ਮਸਤੀ ਰਵਾਂ, ਜ਼ਿੰਦਗੀ ਇਹਨਾਂ ਦੇ ਨਾਲ ਹੀ, ਸਭ ਕੁਛ ਆਹੀ ਹੈ ਮੇਰਾ ਸਭ ਕੁਛ। ਹਾਂ, ਆਮਦਨ ਹੁੰਦੀ ਹੈ ਪਰਿਵਾਰ ਚੱਲਦਾ ਇਹਨਾਂ ਦੇ ਪੈਰਾਂ ਪਿੱਛੇ, ਕਹਿਣ ਦਾ ਮਤਲਬ ਕਿਤੇ ਨਾ ਕਿਤੇ ਨੂੰ ਆਪਣਾ ਬਾਬਾ ਕਿਰਪਾ ਕਰੀ ਜਾਂਦਾ ਆ।
ਘੋੜੇ ਕਹਿੰਦੇ ਆਮ ਘੋੜੇ ਨਹੀਂ ਹੈ ਹਜ਼ੂਰ ਸਾਹਿਬ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਘੋੜੇ ਨੇ ਉਹਨਾਂ ਨੂੰ ਔਰ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਮੌਕਾ ਮਿਲਿਆ ਵੀ ਇੰਨੇ ਵੱਡੇ ਤਖਤ ਤੋਂ ਘੋੜੇ ਆਏ ਉਹਨਾਂ ਨੂੰ ਟ੍ਰੇਨਿੰਗ ਦਾ ਮੌਕਾ ਮਿਲਿਆ ਮੈਂ ਕਦੀ ਨਹੀਂ ਗਿਆ ਸੀ ਸੱਚਖੰਡ ਹਜ਼ੂਰ ਸਾਹਿਬ ਦਿਲੋਂ ਮੈਂ ਕਹਿੰਦਾ ਹੁੰਦਾ ਸੀਗਾ ਵੀ ਸੱਚਖੰਡ ਹਜ਼ੂਰ ਸਾਹਿਬ ਜਾਣਾ ਜਾਣਾ ਮੈਂ ਲਾਗੇ ਹੋ ਕੇ ਨਿਕਲ ਆਉਂਦਾ ਸੀਗਾ ਪਰ ਕਹਿਣ ਦਾ ਮਤਲਬ ਇਹਨਾਂ ਨੇ ਮੈਨੂੰ ਉਸ ਮਾਲਕ ਦੇ ਸੱਚੇ ਪਾਤਸ਼ਾਹ ਦੇ ਘਰ ਦਿਖਾ ਦਿੱਤਾ ਵੇ ਇਹਨਾਂ ਨੇ ਜਾਣ ਕੇ ਇੱਕ ਵਾਰੀ ਨਹੀਂ ਤਿੰਨ ਤਿੰਨ ਚਾਰ ਚਾਰ ਵਾਰੀ ਮੈਂ ਹੋ ਕੇ ਆ ਗਿਆ ਵਾਂ ਇਹਨਾਂ ਨੇ ਮੈਨੂੰ ਦਿਖਾ ਦਿੱਤਾ ਵੀ ਅਸਲੀ ਪਿਓ ਦਾ ਘਰ ਕਿਹੜਾ ਆ ਵੱਡੀ ਗੱਲ ਆ ਆਪਣੇ ਵਿੱਚ ਅੱਛਾ ਲਿਆਂਦਾ ਤੁਸੀਂ ਮੱਥਾ ਟਿਕਾਉਣ ਆਪਾਂ ਦਿਖਾਉਣਾ ਸੀਗਾ ਲਾਈਵ ਇਹੀ ਲਿਆਂਦਾ ਮੈਂ ਚਾਹੂੰਗਾ ਇੱਕ ਵਾਰੀ ਜ਼ਰੂਰ ਲਾਈਵ ਦਿਖਾਇਓ ਅੱਜ ਕਿਉਂਕਿ ਆਪਾਂ ਤਸਵੀਰ ਬਹੁਤ ਦੇਖੀ ਆ ਹਜ਼ੂਰ ਸਾਹਿਬ ਦੇ ਵਿੱਚ ਹੀ ਇੱਕ ਤਸਵੀਰ ਵਾਇਰਲ ਹੁੰਦੀ ਹੈ ਉਹ ਤਸਵੀਰ ਸਾਡੇ ਤੱਕ ਵੀ ਪਹੁੰਚਦੀ ਆ ਆਪਾਂ ਉਹ ਦੇਖਦੇ ਹਾਂ ਕਿ ਉਹ ਮੱਥਾ ਟੇਕਦੇ ਨੇ ਘੋੜੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵਾਰੀ ਜਾਂਦੀ ਹੈ ਤਾਂ ਉਹ ਬਿਲਕੁਲ ਜਿਵੇਂ ਇਨਸਾਨ ਝੁੱਕ ਕੇ ਪ੍ਰਣਾਮ ਕਰਦਾ ਉਸੇ ਤਰੀਕੇ ਦੇ ਨਾਲ ਇਹ ਘੋੜੇ ਵੀ ਪ੍ਰਣਾਮ ਉਸੇ ਤਰੀਕੇ ਦੇ ਨਾਲ ਆਪਣਾ ਸੀਸ ਝੁਕਾਉਂਦੇ ਨੇ ਗੁਰੂ ਮਹਾਰਾਜ ਨੂੰ ਪਰ ਅੱਜ ਤੁਸੀਂ ਸਿੱਧੀਆਂ ਤਸਵੀਰਾਂ ਵੀ ਦੇਖੋਗੇ ਔਰ ਦੇਖੋ ਇਹ ਇਹ ਪਿਆਰ ਹੈ ਆਪਣੇ ਜਾਨਵਰਾਂ ਦੇ ਨਾਲ ਕਿ ਮੱਥੇ 'ਤੇ ਮਿੱਟੀ ਵੀ ਨਾ ਲੱਗੇ ਔਰ ਉਸਨੂੰ ਅੱਗੇ ਕੱਪੜਾ ਵਿਛਾ ਦਿੱਤਾ ਗਿਆ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਟ੍ਰੇਨਿੰਗ ਦਿੱਤੀ ਹੋਈ ਹੈ ਇਸ ਘੋੜੇ ਨੂੰ ਔਰ ਇਹ ਘੋੜਾ ਝੁੱਕ ਕੇ ਜਿਵੇਂ ਆਪਾਂ ਇਨਸਾਨ ਜਿਹੜਾ ਜਦੋਂ ਆਪਣੇ ਤੋਂ ਵੱਡੇ ਨੂੰ ਜਾਂ ਕਿਸੇ ਗੁਰੂ ਮਹਾਰਾਜ ਪਾਤਸ਼ਾਹ ਦੇ ਸਾਹਮਣੇ ਜਾਂਦਾ ਤਾਂ ਉੱਥੇ ਆ ਕੇ ਸਤਿਕਾਰ ਕਰਦਾ ਨਮਨ ਹੁੰਦਾ ਤਾਂ ਉਸੇ ਤਰੀਕੇ ਨਾਲ ਤੁਸੀਂ ਦੇਖੋ ਕਿੰਨੇ ਪਿਆਰ ਦੇ ਨਾਲ ਕਿੰਨੀ ਵਧੀਆ ਟ੍ਰੇਨਿੰਗ ਦਿੱਤੀ ਹੋਈ ਹੈ ਕਿ ਉਸਦੇ ਵੱਲੋਂ ਝੁੱਕ ਕੇ ਮੱਥਾ ਟੇਕਿਆ ਗਿਆ ਤਾਂ ਇਸੇ ਹੀ ਤਰੀਕੇ ਦੀਆਂ ਤਸਵੀਰਾਂ ਅਸੀਂ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਦੇ ਹਾਂ ਕਿ ਝੁੱਕ ਕੇ ਦੇਖੋ ਕਿਸ ਤਰੀਕੇ ਦੇ ਨਾਲ ਝੁੱਕ ਕੇ ਪ੍ਰਣਾਮ ਕੀਤਾ ਹੈ ਘੋੜੇ ਦੇ ਵੱਲੋਂ ਤਾਂ ਇਹ ਤਮਾਮ ਚੀਜ਼ਾਂ ਟ੍ਰੇਨਿੰਗ ਹੈ ਟ੍ਰੇਨਿੰਗ ਦਿੱਤੀ ਗਈ ਹੈ ਇਹਨਾਂ ਨੂੰ ਔਰ ਵੀਰ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ ਸੇਵਾ ਇਹਨਾਂ ਦੇ ਵੱਲੋਂ ਹਜ਼ੂਰ ਸਾਹਿਬ ਦੇ ਤਮਾਮ ਘੋੜਿਆਂ ਦੀ ਲਈ ਗਈ ਹੈ ਵੀਰ ਜੀ ਆਪਾਂ ਹਜ਼ੂਰ ਸਾਹਿਬ ਜਦੋਂ ਜਾਂਦੇ ਸੀ ਉੱਥੇ ਘੋੜਿਆਂ ਦੇ ਦਰਸ਼ਨ ਕਰਦੇ ਸੀਗੇ ਕਰਕੇ ਆਉਂਦੇ ਸੀਗੇ ਸੇਵਾ ਮਿਲੀ ਹੈ ਇਹਨਾਂ ਦੀ ਸੇਵਾ ਕਰਨ ਦੀ ਕਿਵੇਂ ਮਹਿਸੂਸ ਬਹੁਤ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਬਹੁਤ ਵੱਡੀ ਸੇਵਾ ਮਿਲੀ ਹੈ ਪਹਿਲਾਂ ਤਾਂ ਫਾਦਰ ਸਾਹਿਬ ਨੂੰ ਸੇਵਾ ਮਿਲੀ ਹੈ ਬਹੁਤ ਜ਼ਿਆਦਾ ਖੁਸ਼ ਹੁੰਦਾ ਸਾਰਾ ਪਰਿਵਾਰ ਜਦੋਂ ਘੋੜੇ ਸਾਡੇ ਇੱਥੇ ਤਬੇਲੇ ਵਿੱਚ ਹੈਗਾ ਤਾਂ ਪਾਤਸ਼ਾਹ ਜੀ ਦਾ ਤਬੇਲਾ ਹੈ ਅਤੇ ਉੱਥੋਂ 9 ਘੋੜੇ ਆਏ ਹੋਏ ਨੇ ਸੇਵਾ ਲਈ ਅਤੇ ਹੁਣ ਇਸ ਵਾਰ ਤਾਂ ਨਹੀਂ ਅਗਲੀ ਵਾਰ ਜ਼ਰੂਰ ਜਦੋਂ ਦੁਸਹਿਰਾ ਜਾਂ ਦਿਵਾਲੀ ਹੋਏਗੀ ਉਦੋਂ ਪੂਰਾ ਤਿਆਰ ਕਰਕੇ ਇਹਨਾਂ ਨੂੰ ਜੋ ਵੀ ਸੋਨੇ ਦੀ ਕਾਠੀ ਜਾਂ ਚਾਂਦੀ ਦੀ ਕਾਠੀ ਹੈਗੀ ਤਿਆਰ ਕਰਕੇ ਇਹਨਾਂ ਨੂੰ ਲੈ ਕੇ ਜਾਇਆ ਜਾਏਗਾ ਉੱਥੇ ਨਗਰ ਕੀਰਤਨ ਦੇ ਵਿੱਚ ਇਹਨਾਂ ਨੂੰ ਪ੍ਰੋਪਰ ਜਿੱਦਾਂ ਵੀ ਹੈਗਾ ਆ ਜੋ ਵੀ ਉੱਥੇ ਹੋਏਗਾ ਫਿਰ ਤੁਸੀਂ ਸ਼ੁਰੂਆਤ ਤੋਂ ਦੇਖ ਰਹੇ ਹੋ ਟ੍ਰੇਨਿੰਗ ਇਹਨਾਂ ਦੀ ਪਹਿਲੇ ਦਿਨ ਕਿਸ ਤਰੀਕੇ ਦੀ ਸੀ ਔਰ ਅੱਜ ਜਦੋਂ ਦੇਖਦੇ ਹੋ ਦਿਨ ਬਦਲੇ ਫਰਕ ਪਿਆ ਤਾਂ ਉਹ ਉਸ ਚੀਜ਼ ਨੂੰ ਫਰਕ ਨੂੰ ਮਹਿਸੂਸ ਕੀਤਾ ਹੋਊਗਾ ਜਦੋਂ ਪਹਿਲੇ ਦਿਨ ਜ਼ਿਆਦਾ ਯਾਨੀ ਕਿ ਬਿੱਲੂ ਭਾਅ ਜੀ ਹੋਣੀ ਬਹੁਤ ਜ਼ਿਆਦਾ ਟ੍ਰੇਨਡ ਨੇ ਸ਼ੁਰੂ ਤੋਂ ਘੋੜਿਆਂ ਦੇ ਵਿੱਚ ਯਾਨੀ ਕਿ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਘੋੜਿਆਂ ਵਿੱਚ ਬਹੁਤ ਜ਼ਿਆਦਾ ਫਰਕ ਹੈ ਇੱਕ ਇੱਕ ਘੋੜਿਆਂ ਨੂੰ ਬਹੁਤ ਜ਼ਿਆਦਾ ਪਿਆਰ ਨਾਲ ਰੱਖਦੇ ਨੇ ਟ੍ਰੇਨਡ ਵੀ ਬਹੁਤ ਪਿਆਰ ਨਾਲ ਕਰਦੇ ਨੇ ਕਈ ਟ੍ਰੇਨਰ ਹੁੰਦੇ ਆ ਤੁਸੀਂ ਦੇਖਿਆ ਹੋਏਗਾ ਮਾਰ ਕੇ ਸਿਖਾਉਂਦੇ ਨੇ ਹਨਾ ਇਹਨਾਂ ਨੇ ਅੱਜ ਤੱਕ ਕਿਸੇ ਵੀ ਘੋੜੇ ਨੂੰ ਸੋਟੀ ਤੱਕ ਨਹੀਂ ਲਾਈ ਹੈਗੀ ਇੱਕ ਇਹਨਾਂ ਨੂੰ ਵੀ ਹੈ ਕਿ ਪਾਤਸ਼ਾਹ ਦੇ ਘੋੜੇ ਆਏ ਨੇ ਤਾਂ ਇਹ ਵੀ ਆਪਣੀ ਪੂਰੀ ਜੀ ਜਾਨ ਲਾ ਕੇ ਸੇਵਾ ਕਰਦੇ ਹੈਗੇ ਘੋੜਿਆਂ ਦੀ ਇਹਨਾਂ ਨੇ ਕਦੀ ਸਾਡੇ ਕੋਲ ਪੈਸਾ ਤੱਕ ਨਹੀਂ ਮੰਗਿਆ ਹੈਗਾ ਕਿ ਮੈਂ ਇੰਨੀ ਟ੍ਰੇਨਿੰਗ ਦੇ ਰਿਹਾ ਹੈਗਾ ਜਾਂ ਤਾਂ ਮੈਨੂੰ ਤੁਸੀਂ ਇੰਨੇ ਚਾਰਜਿਸ ਕਰੋ ਕੋਈ ਚਾਰਜਿਸ ਨਹੀਂ ਮੰਗਿਆ ਅੱਜ ਤੱਕ ਬਿੱਲੂ ਭਾਅ ਜੀ ਹੋਣਾ ਨੇ ਉਹ ਸਾਡੀ ਇੱਛਾ ਹੈਗੀ ਆ ਜੋ ਵੀ ਸੇਵਾ ਦੇ ਤੌਰ 'ਤੇ ਇਹਨਾਂ ਨੂੰ ਦੇ ਦਈਦਾ ਹੈਗਾ ਆ ਹਾਂਜੀ ਅੱਛਾ ਬਿੱਲੂ ਭਾਅ ਜੀ ਬੜੀ ਬੜੀ ਵੱਡੀ ਗੱਲ ਹੈ ਮਨ 'ਚ ਲਾਲਚ ਵੀ ਨਹੀਂ ਆਇਆ ਕਦੀ ਜਦੋਂ ਸਪੈਸ਼ਲ ਇਹਨਾਂ ਘੋੜਿਆਂ ਨੂੰ ਅੱਜ ਟ੍ਰੇਨਿੰਗ ਦੇ ਰਹੇ ਹੋ ਜਿਹਨੂੰ ਸੰਗਤ ਨੇ ਲੱਖਾਂ ਹਜ਼ਾਰਾਂ ਸੰਗਤ ਨੇ ਦੇਖਣਾ ਔਰ ਮੈਨੂੰ ਲੱਗਦਾ ਉਹ ਤੋਂ ਵੱਡੀ ਖੁਸ਼ੀ ਤੁਹਾਡੇ ਦਿਲ ਦੇ ਵਿੱਚ ਕੋਈ ਨਹੀਂ ਆਊਗੀ ਜਦੋਂ ਤੁਹਾਡੀ ਟ੍ਰੇਨਿੰਗ ਦਿੱਤੇ ਹੋਏ ਘੋੜੇ ਜੋ ਸੰਗਤ ਦੇ ਸਾਹਮਣੇ ਨੱਚਣਗੇ ਆਪਣੇ ਜ਼ੋਰ ਦਿਖਾਉਣਗੇ ਬਸ ਜੀ ਹੁਣ ਤੁਹਾਨੂੰ ਕੀ ਦੱਸਾਂ ਜੀ ਸਭ ਕੁਛ ਇਹਨਾਂ ਦਾ ਹੀ ਹੈ ਜੀ ਇਹਨਾਂ ਨੇ ਕਰਾਉਣਾ ਜੋ ਕਰਾਉਣਾ ਸ਼ੌਂਕ ਹੀ ਬਸ ਆਪਣਾ ਜ਼ਿਆਦਾ ਸ਼ੌਂਕ ਹੈ ਬਸ ਮੈਂ ਹੀ ਕਿਹਾ ਮੇਰੀ ਆਪਣੀ ਵੀ ਸੋਚ ਸੀਗੀ ਜਦੋਂ ਚਲੋ ਉਸ ਮਾਲਕ ਦੇ ਘਰ ਜਾਣਗੇ ਨੱਚਣਗੇ ਟੱਪਣਗੇ ਅਤੇ ਜਿਹੜਾ ਪਬਲਿਕ ਪੁਬਲਿਕ ਦੇਖੂਗੀ ਵਾਕਈ ਵੀ ਆਏ ਨੇ ਕੋਲ ਬਿੱਲੂ ਉਸਤਾਦ ਵੱਲੋਂ ਤਿਆਰ ਕੀਤੇ ਨੇ ਹਾਂਜੀ ਕੀ ਚੀਜ਼ਾਂ ਆਮ ਚੀਜ਼ਾਂ ਜਿਹੜੀਆਂ ਸਿਖਾਈਆਂ ਜਾ ਸਕਦੀਆਂ ਨੇ ਘੋੜਿਆਂ ਨੂੰ ਦੱਸ ਸਕਦੇ ਹੋ ਥੋੜ੍ਹਾ ਨੱਚਣ ਦੇ ਵਿੱਚ ਕਿਹੜੇ ਕਿਹੜੇ ਸਟੈਪ ਕਰ ਲੈਂਦੇ ਨੇ ਜਾਂ ਸਿੱਧੇ ਤੌਰ ਦੇ ਭੰਗੜੇ ਵਾਲੇ ਬੰਦੇ ਤਾਂ ਸਮਝ ਰਹੇ ਹੋਣਗੇ ਵੀ ਲਹਿਰੀਆ ਕੀ ਹੈ ਧਮਾਲ ਕੀ ਹੈ ਭਾਅ ਜੀ ਹਰ ਇੱਕ ਤਰ੍ਹਾਂ ਦਾ ਨਾਚ ਹੈ ਜੀ ਜਿੰਨਾ ਕੁ ਜਾਣ ਕੇ ਆਪਾਂ ਨੂੰ ਆਉਂਦਾ ਆਪਾਂ ਉਨਾ ਕੁ ਮੈਂ ਜਾਨਵਰ ਬਣਾ ਦਿੰਦਾ ਮੈਂ ਨਹੀਂ ਕਹਿੰਦਾ ਵੀ ਮੈਂ ਉਹ ਵੀ ਬਣਾ ਸਕਦਾ ਉਹ ਵੀ ਬਣਾ ਸਕਦਾ ਵਾਂ ਜਿੰਨਾ ਕੁ ਕਹਿਣ ਦਾ ਮਤਲਬ ਮੇਰੇ ਕੋਲ ਗੁਣ ਹੈਗਾ ਮੈਂ ਉਨਾ ਕੁ ਜਾਨਵਰ ਨੂੰ ਬਣਾ ਦਿੰਦਾ ਜੀ ਬਣਾਉਣਾ ਮੈਂ ਆਪਣੀ ਸ਼ੌਂਕ ਨਾਲ ਇੱਕ ਬੰਦੇ ਨੂੰ ਹੁੰਦਾ ਨਾ ਵੀ ਲਾਲਚ ਹੁੰਦਾ ਆ ਆਪਾਂ ਨੂੰ ਲਾਲਚ ਨਹੀਂ ਗਾ
काम मैं शौक नाल ही करदा, कितें भी करदा शौक नाल करदा मैं। मजा आता जी। अच्छा बई जी, इन्हों के ना भी रखे ने कई ना है वीर जी, किवें तुसी मैं देख रहा सीगा भी जिवें उधर तवेले दे बाहर भी इन्हां दे भी नाम रखे ने, की नाम हैगे? इक दा नाम बादशाह हैगा आ। अच्छा जी, ठीक है जी। इक दा नाम गुलबाग सिंह ने। अच्छा, हाँ जी, ये उत्थों ही हजूर साहब तो आए हुए ने, उत्थों ही नाम दिते हुए ने। अच्छा, उत्थों पिछों ही नाम पिछों ही नाम दिते हुए ने उन्होंने जी। अच्छा जी, बिल्कुल जी, तो उदा ही लिखे हुए ने अलग अलग तबेले के मोहरे। आप चाहूँगा मैं कैमरामैन कि वह भी आप तबेले के बन्ने भी घोड़े दिखाने और देखो तमाम जड़ा नाम दिते गए ने, नेम प्लेट्स जड़िया ने लगाई गई ने, और घोड़े देख के थोड़ी भी रूह खुश होगी। सब तो पहला गुरुजन सिंह राजन पातशाह का घोड़ा। वीर जी, आप जो नेम प्लेट पढ़ रहे हैं थोड़ा जहाँ यदा अर्थ जरूर समझना चाहवागे। अर्थ ये घोड़ा यानी कि पातशाह की सवारी लिए असी रख्या होया आ। अच्छा, इतने सोने की काठी पेगी। अच्छा, एक टाइम पर तो पातशाह जो हजूर साहब से नगर कीर्तन निकलता है तो उन्होंने सवारी ली यह घोड़ा। अच्छा, जिवें आप देखते हैं भी उत्थे पातशाह जी का घोड़ा एक पहला चलता है, अगे अगे इन्हों का जोड़ा सफर करे। हाँ जी, दूसरे नंबर पर सरदार साहब नीला, यह भी पातशाह जी का? बिल्कुल, यह भी पातशाह जी का घोड़ा है जी, उन्होंने सेम। ये भी ट्रेनिंग वास्ते? ट्रेनिंग वास्ते तो सेवा लिए है अपने को जी। ठीक है। हाँ जी, इस तो अगे भी आप देख रहे हैं फिर पांच प्यारा दे घोड़े ने जी। अच्छा, सरताज सिंह, ये भाई दया सिंह जी का घोड़ा, इन्हों तो सवारी कोई नहीं करता, इन्हों चल दे नहीं, ये सिर्फ सुचे घोड़े ने। अच्छा, इन्हों कोई सवारी नहीं, बिल्कुल भी बिल्कुल सुचे ने जी। इस तो अगे दिलवाज सिंह नाम रखिया और ये भाई धर्म सिंह जी का घोड़ा, पंजा प्यारियां दे घोड़े भी गुरु साहिब दे जिहड़े घोड़े ने उन्होंने नाल ही तैयार किए जाते हैं। तो यह दिलवाग सिंह भाई धर्म सिंह जी का घोड़ा नेम प्लेट बाहर लगाई गई है। इस तरीके अगे जुगराज सिंह है, जगराज सिंह भाई मोहकम सिंह जी का घोड़ा है, वो बाहर जी ट्रेनिंग जीडिया दिखती जा रही है। इस तरीके गुलबाग सिंह भाई हिम्मत सिंह जी का घोड़ा है, तुम देख रहे हो नाल एक बच्चा भी है, और तमाम ये घोड़े सारे लगभग उतों हजूर साहब तो आए हैं, और कितनी देर बाद इन्हों भेजना है उत्थे फिर वापस इतने आ जी? जो पूरे ट्रेन हो जाएंगे तैयार हो जाएंगे फिर ये हजूर साहब जाएंगे जी उत्थे। अच्छा, ते बाकी जो उत्थे मर्जी मालक दी जी। ये नगारे वाला है राजा सिंह। अच्छा, ये नगारे नगारची जिहड़े हुंदे ने उहनां दी सवारी लई है घोड़ा। अच्छा, हाँ जी, तो बिल्कुल देखो बड़ी विलक्षण चीज़ है, बड़ी अलग चीज़ है। मैं लगता जिंदगी दे विच तुसी भी पहली बार ये देखी होगी और बहुत सारे दर्शकों ने भी पहली बार देखी होगी कि ट्रेनिंग दे रही, और ट्रेनिंग आम नहीं, बहुत सारे स्टड फार्म्स है जिसे ट्रेनिंग देंदे होंगे, पर ये स्पैशल घोड़े ने जो तख्त श्री हजूर साहब तो आए, तो वधिया लगता है जो फिर रोज़ सवेरे ट्रेनिंग होंगी देखते हुए? वधिया लगता है कि गुरु साहब के दर्शन इत्थे ही साडे कोल लागे ही हो रहे ने। बिल्कुल, देखो ये भी ट्रेनिंग दी जा रही है, जिहड़ियां मोरलियां लत्तां ने उन्हां नूं बिल्कुल स्टैंड जिहड़ा हो रहा है घोड़ा पिछलियां लत्तां दे उत्ते, तां ये ट्रेनिंग बड़ी विलक्षण बड़ी जबरदस्त मैं इस ट्रेनिंग नूं कह सकदा है। तां परिवार दे सारे जीव मैनूं लगदा भी इस काम दे नाल जुड़े हुए ने, और देखो किन्ना जोर किन्ना लग रहा, और एक इशारे दे नाल ये घोड़े समझ जांदे ने कि उस्ताद उन्हां दे कह की रहे ने, करवाना की चाहते ने। तो बिल्लू जी, पंजाब दे विच भी तुसी क्या भी अणगिणत घोड़े ट्रेन किए ने, पंजाब तो बाहर भी जाने हो? चल जाइए जी। अच्छा, जे अपन को सद्या चल जाइए। अच्छा, फीस फूस भी लेने उदा? चलो इतने तो सेवा दे विच लग गए हो? ये सेवा है गुरु घर की जी, उदा बाहर मैं जाना हुंना जी। अच्छा, किदां की सेवा? पिछे जी गुजरात सद्या ही गुजरात। अच्छा, उत्थे मैं गया हैगा, उदो 30,000 रुपया लिता हैगा। अच्छा, किन्ने दिनां च ट्रेन कर? उत्थे 40-45 दिन लग गए हैगे। अच्छा, कभी खतरा भी महसूस होता क्योंकि जानवर तो मतलब? आ लत मेरी टुटी हुई है। अच्छा, आ पैर भी टुटा हुआ मेरा। अच्छा, आ लत देख लो कितने वजी हुई है, आ उंगल भी खाधी हुई है। अच्छा, थोड़ी थोड़ी जगह तो सारा मैं फटड़ हो। अच्छा, इसे काम यही काम है जी। हाँ, फिर भी अच्छ गुण हैगा अगे बेटा भी। अच्छा, फादर साहब के नाल ही शौक पिया भी मैं भी सीखने? हाँ जी, हाँ जी, जिदा मतलब कि करोना चालू हो गया ही, चलो मैं क्या हूँ जिन्ना कहीं पढ़ लिया तो चलो फिर मैं घर बैठे बैठे बोर हो जाता ही, तो करके फिर डैडी कहें चलो मेरे नाल तो ही चल पो। अच्छा, तो फिर चलो मैं हौली हौली फिर जाता रहा। अच्छा, तो फिर जिदा हौली हौली शौक पै गया गा, तो एक दो बारी मैं कितने होर काम करने की कोशिश की, तो करके फिर मेरा मन फिर इधर सी। अच्छा, मन तो मेरा इधर सी, करके फिर मैं कम भी छड़ के आ गया। अच्छा, हुण कि गुण फादर साहब तो लै लिया?
गुण तो जी देखो जी हम जिदा नवी नवी घोड़िया ही चालू करी दें करके फिर मैं पहले चढ़ाते होंगे घोड़िया उ कई घोड़े इदा के आ जाते जिदा चक्के थले मार देंगे बंदे चढ़न नहीं देंगे पिछों लत्तां मारते हैं करके फिर हौली हौली चालू करी देना घोड़िया के नवे घोड़े तो जो घोड़ी घोड़ा नवा आना वे जरा भी नवा आना पहला मैं ठोकना उ चढ़ उत्ते यही डिगदा आ काफी बारी नवा जानवर होंगे नवे जानवर अभी तो अपने अपने हिसाब न फड़ना ही है फिर हम यह हल्का आनू फट के फिर अगो हौले 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 जानवर गुझाई दा फिर जो गिज जाता फिर अभी मैं आप चढ़ जाता वा पलटियां पलटियां लग गई अपन जिदा घोड़िया ने कई बार चाके मारे हाँ जी हम डर निकल गया डर निकलिया फिर हम दरअसल हम थोड़ा चिर मेरे ना रहा वे बाकी ट्यूशन चले जाता है मैं आख्या तू अपना खर्चा आप ही क्ढ़िया कर मैनू डर ये तो मोबाइल का खर्चा की सब कुछ शुरू करना पैंता है नहीं ठीक है परिवार चलाना परिवार इस तरीके चलता रहे और जिस तरीके की तुम थोड़े बच्चे कला है और वाकई विलखण कला है अज इंसान सिखा मैनू लगता मुश्किल हो जाता इंसान समझाना हो कई बार बंदा जोर ला के थक जाता है पर इंसान समझता नहीं पर एक जानवर जो बेजुबान है जिसकी समझ नहीं है पर उस दे विच समझ है उस समझ नू उजागर किवें करना यही कला है भाई बिल्लू दी और यही कला दे नाल अज पंजाब तो बाहर पंजाब दे विच कई वड्डे महंगे घोड़िया ट्रेनिंग दे चुका कई तरह का नाच ढोल की थाप के उत्ते सिखाउंदा इस तो अलावा मत्था किवें टेकना है लम्मे किदां पैना है तमाम ये चीज़ा जिहड़ियां ने घोड़िया सिखाइया जांदियां ने और उन्हां नू लोकां दे मनोरंजन कह दिए चाहे लोग जो उन्हां दे दर्शन करते ने तो उन्हां दे मनां दे विच खुशी लियाउण दे विच इस कलाकार का इस ट्रेनर का वड्डा हाथ हुंदा यही घोड़े ट्रेनिंग चल रही है बहुत हद तक सीख चुके ने आने वाले समय दे विच तख्त श्री हजूर साहब जाणगे उत्थे जो मोहल्ला सजाया जाता जो नगर कीर्तन सजाया जाता उस नगर कीर्तन का सिंगार बनणगे उत्थे संगतां इन्हां दी कला का जौहर देख सकणगियां कैमरामैन रईस दे नाल सुखविंदर सिंह हमदर्द टीवी।